ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਸਿਕਰਤ ਮਰਿਆਦਾ ਦੇ ਵਿਸ਼ੇ ਨੂੰ ਵਿਚਾਰਨਾ ਆਰੰਭ ਕੀਤਾ ਹੈ ਪਹਿਲਾਂ ਦੋ ਕੜੀਆਂ ਦੇ ਵਿੱਚ ਦੋ ਭਾਗਾਂ ਦੇ ਵਿੱਚ ਅਸੀਂ ਵਿਚਾਰਿਆ ਸੀ ਕਿ ਸਿਕਰਤ ਮਰਿਆਦਾ ਕਿਵੇਂ ਬਣੀ ਦੂਸਰੀ ਗੱਲ ਸੀ ਦੂਸਰਾ ਵਿਸ਼ਾ ਜਿਹੜਾ ਲਿਆ ਸੀ ਕਿ ਇਸ ਸਿਕਰਤ ਮਰਿਆਦਾ ਦੀ ਕਿੰਨਾ ਸਰੋਤਾਂ ਦੀ ਵਰਤੋਂ ਕੀਤੀ ਗਈ ਹੈ ਅੱਜ ਜੀ ਵਿਚਾਰਨਾ ਹੈ ਕਿ ਸਿੱਖ ਦੀ ਤਾਰੀਫ ਕੀ ਹੈ ਸਿੱਖ ਕਿਸ ਨੂੰ ਆਖਿਆ ਜਾਂਦਾ ਹੈ ਸਿੱਖ ਰਤ ਮਰੇ ਅਦਦੇ ਅੰਦਰ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਵਿਦਵਾਨਾਂ ਨੇ ਬਹੁਤ ਹੀ ਪ੍ਰਲੋਹਤਾ ਦੇ ਨਾਲ ਬਹੁਤ ਹੀ ਵਿਚਾਰ ਦੇ ਨਾਲ ਜੋ ਵਿਸ਼ੇ ਨੂੰ ਅਪਣਾਇਆ ਕਿ ਜੋ ਇਸਤਰੀ ਜਾਂ ਪੁਰਸ਼ ਭਾਵੇਂ ਔਰਤ ਜਾਂ ਆਦਮੀ ਕਿਉਂਕਿ ਕਈ ਵਕ ਵਕ ਧਰਮਾਂ ਦੇ ਅੰਦਰ ਕਈਆਂ ਧਰਮਾਂ ਦੇ ਅੰਦਰ ਔਰਤ ਤੇ ਮਰਦ ਦੇ ਵਿੱਚ ਕਾਫੀ ਫਰਕ ਰੱਖਿਆ ਗਿਆ ਹੈ। ਲੇਕਿਨ ਸਿੱਖ ਧਰਮ ਦੇ ਅੰਦਰ ਦੋਹਾਂ ਨੂੰ ਇੱਕ ਬਰਾਬਰ ਸਮਾਨਤਾ ਦਿੱਤੀ ਗਈ ਹੈ। ਇੱਥੇ ਔਰਤ ਮਰਦਾਂ ਸਾਜੇ ਪ੍ਰਭੂ ਪਰਮਾਤਮਾ ਨੇ ਹੀ ਸਾਰੀਆਂ ਔਰਤਾਂ ਔਰ ਮਰਦਾਂ ਨੂੰ ਇੱਕ ਪ੍ਰਭੂ ਪਰਮਾਤਮਾ ਨੇ ਆਪ ਬਣਾਇਆ ਹੈ। ਇਸ ਲਈ ਸਹਿਬਾ ਨੇ ਸਿੱਖ ਧਰਮ ਦੇ ਅੰਦਰ ਦੋਹਾਂ ਨੂੰ ਬਰਾਬਰਤਾ ਸਨਮਾਨ ਦਿੰਦਾ ਹੈ। ਤੇ ਸਪੈਸ਼ਲੀ ਗੱਲ ਕਿ ਇੱਕ ਔਰਤ ਜਾਂ ਕੋਈ ਵੀ ਔਰਤ ਹੋਵੇ ਜਾਂ ਕੋਈ ਪੁਰਸ਼ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 10 ਗੁਰੂ ਸਹਿਬਾਨਾਂ ਦੀ ਬਾਣੀ ਤੇ ਉਹਨਾਂ ਦੀ ਸਿੱਖਿਆ ਦੇ ਉੱਤੇ ਨਿਸ਼ਚੈ ਰੱਖਦਾ ਹੋਵੇ ਭਾਵ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਉੱਤੇ ਪੂਰਨ ਤੌਰ ਦੇ ਉੱਤੇ ਵਿਸ਼ਵਾਸ ਰੱਖਦਾ ਹੋਵੇ ਉਸ ਦੀ ਉਸ ਤੋਂ ਇਲਾਵਾ ਉਹ ਹੋਰ ਕਿਸੇ ਧਰਮ ਨੂੰ ਨਾ ਮੰਨਦਾ ਹੋਵੇ ਦਸ਼ਮੇਸ਼ ਪਾਤਸ਼ਾਹ ਦੀ ਦਿੱਤੀ ਹੋਈ ਸਿੱਖਿਆ ਦੇ ਰੂਪ ਦੇ ਅੰਦਰ ਭਾਵੇਂ ਕਿ ਉਹਨਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ ਖੰਡੇ ਦਾ ਨਿਸ਼ਚੈ ਰੱਖਦਾ ਹੋਵੇ ਆਮ ਤੌਰ ਦੇ ਉੱਤੇ ਕਈ ਵਾਰੀ ਜਦੋਂ ਅੰਮ੍ਰਿਤ ਦੀ ਗੱਲ ਆਉਂਦੀ ਹੈ ਤੇ ਕਈ ਵਾਰ ਲੋਕ ਇਹ ਗੱਲ ਆਖ ਦਿੰਦੇ ਨੇ ਕਿ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਹੈ ਪਹਿਲੇ ਗੁਰੂ ਸਾਹਿਬਾਨ ਨੇ ਅੰਮ੍ਰਿਤ ਨੇ ਛਕਾਇਆ ਲੇਕਿਨ ਉਹ ਅਣਜਾਣ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਗੋਬਿੰਦ ਰਾਏ ਜੀ ਤੱਕ ਕੇਵਲ ਜਦੋਂ ਅ ਅੰਮ੍ਰਿਤ ਦੇ ਦਾਤ ਦਿੱਤੀ ਜਾਂਦੀ ਸੀ ਉਸ ਸਮੇਂ ਉਸ ਨੂੰ ਉਹਨਾਂ ਪ੍ਰਾਤਨ ਸ਼ਬਦਾਂ ਦੇ ਵਿੱਚ ਜੋ ਕਿ ਚਰਨ ਅੰਮ੍ਰਿਤ ਆਖਿਆ ਜਾਂਦਾ ਸੀ ਜਿਸ ਦੇ ਵਿੱਚ ਜਲ ਲੈ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਗੁਰਸਿੱਖੀ ਦੇ ਵਿੱਚ ਜਦੋਂ ਧਾਰਨ ਕਰਨੀ ਹੁੰਦੀ ਸੀ ਉਹਨਾਂ ਗੁਰਸਿੱਖਾਂ ਨੂੰ ਦੇ ਦੇਣਾ ਕੀਤੀ ਜਾਂਦੀ ਸੀ ਉਹਨਾਂ ਨੂੰ ਪੰਜ ਚੂਲੇਆਂ ਦਾ ਜੋ ਪਿਆਏ ਜਾਂਦੇ ਸਨ ਉਸ ਨੂੰ ਚਰਣਾ ਅੰਮ੍ਰਿਤ ਆਖਿਆ ਜਾਂਦਾ ਸੀ ਬਾਅਦ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਣਾ ਅੰਮ੍ਰਿਤ ਤੋਂ ਬਦਲ ਕੇ ਇੱਕ ਰੂਪ ਰੇਖਾ ਤਿਆਰ ਕੀਤੀ ਗਈ ਜਿਸ ਨੂੰ ਅੰਮ੍ਰਿਤ ਦੀ ਦਾਤ ਆਖਿਆ ਜਾਣ ਲੱਗਾ ਖੰਡੇ ਬਾਟੇ ਦਾ ਅੰਮ੍ਰਿਤ ਸ਼ਿਕਾਇਆ ਜਾਣ ਲੱਗਾ ਜੋ 10 ਜੋ ਇਸਤਰੀ ਜਾਂ ਪੁਰਸ਼ 10 ਗੁਰੂ ਸਹਿਬਾਨਾਂ ਦੀ ਬਾਣੀ ਤੇ ਉਹਨਾਂ ਦੀ ਸਿੱਖਿਆ ਅਤੇ ਦਸ਼ਮੇਸ਼ ਦੀ ਅਮਰਤ ਦੇ ਉੱਤੇ ਨਿਸ਼ਚੈ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਾ ਮੰਨਦਾ ਹੋਵੇ ਉਹ ਸਿੱਖ ਹੈ ਭਾਵ ਕਿ ਕਿਸੇ ਵੀ ਅਨ ਧਰਮ ਨੂੰ ਹੋਰ ਮਨਮਤ ਵਹਿਮ ਪਰਮ ਭੁਲੇਖਿਆਂ ਦੇ ਵਿੱਚ ਨਾ ਪੈਣ ਵਾਲਾ ਹੋਵੇ ਉਹ ਅਸਲੀ ਦੇ ਵਿੱਚ ਸਿੱਖ ਖੂਨਦਾ ਹੈ ਇਸ ਕਰਕੇ ਅਸੀਂ ਜੇਕਰ ਸਿੱਖ ਬਣਨਾ ਹੈ ਤੇ ਸਾਨੂੰ ਖੰਡੇ ਬਾਟੇ ਦਾ ਅਮਰਤ ਛੱਕ ਕੇ ਪੰਜ ਕਕਾਰਾਂ ਦੇ ਧਰਮੀ ਬਣਨਾ ਪੈਣਾ ਹੈ ਉਸ ਤੋਂ ਉਪਰੰਤ ਕੀ ਕੀ ਸਾਨੂੰ ਜੀਵਨ ਦੇ ਵਿੱਚ ਕਰਨੇ ਪੈਣਗੇ ਕਿਹੜੇ ਕਿਹੜੇ ਕਰਮਾ ਅਸੀਂ ਕਰਨੇ ਨੇ ਉਹਨਾਂ ਦੀ ਵਿਚਾਰ ਅਗਲੇਰੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਹਾਜ਼ਰ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ